ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਕੁਮਾਨ ਵਿਖੇ ਕਾਲੇ ਸ਼ੋਮਣੀ भगत बाबा नामदेव जी ਦੇ 671ਵੇਂ ਪਰਲੋਕ ਗਮਨ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਸ਼ੁਰੂਆਤ ਧਾਰਮਿਕ ਮਰਿਆਦਾ ਨਾਲ ਗੁਰਦੁਆਰਾ ਸ਼੍ਰੀ ਤਪਿਆਣਾ ਸਾਹਿਬ ਤੋਂ ਹੋਈ ਤੇ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦਾ ਹੋਇਆ ਮੁੜ ਤਪਿਆਣਾ ਸਾਹਿਬ ਵਿਖੇ ਪਹੁੰਚ ਕੇ ਸੰਪੂਰਨ ਹੋਇਆ। ਬਾਬਾ ਨਾਮਦੇਵ ਜੀ ਦੇ ਪਰਲੋਕ ਗਮਨ ਦਿਹਾੜੇ ਮੌਕੇ ਸਜਾਈ ਇਸ ਨਗਰ ਕੀਰਤਨ ਵਿੱਚ ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਸ਼ਿਰਕਤ ਕੀਤੀ। ਭਗਤ ਨਾਮਦੇਵ ਜੀ ਦੇ ਪਰਲੋਕ ਗਮਨ ਦਿਵਸ ਮੌਕੇ ਉਹਨਾਂ ਦੇ ਤਪੱਸਥਾਨ ਕੁਮਾਣ ਵਿਖੇ ਹਰੇਕ ਵਰੇ 3 ਦਿਨਾਂ ਸਮਾਗਮ ਕਰਵਾਏ ਜਾਂਦੇ ਨੇ ਜਿੱਥੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਮਹਾਰਾਸ਼ਟਰ ਤੋਂ ਵਿਸ਼ੇਸ਼ ਤੌਰ ਤੇ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ। ਬਾਬਾ ਨਾਮਦੇਵ ਕਮ ਕਵਿੰਦਰ ਸਿੰਘ ਤੇ ਡਾਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਹਰ ਇੱਕ ਵਰੇ ਭਗਤ ਨਾਮਦੇਵ ਜੀ ਦੇ ਪਰਲੋਗਮਨ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾਂਦਾ ਹੈ ਇੱਥੇ ਆਸਿਕ ਦਿਨ ਹੈ ਅਸੀਂ ਇਤਿਹਾਸਕ ਸਥਾਨ ਕੁਮਾਨ ਸਾਹਿਬ ਜਿੱਥੇ ਭਗਤ ਨਾਮਦੇਵ ਜੀ ਨੇ ਬਹੁਤ ਦੇਰ ਤਪੱਸਿਆ ਕੀਤੀ ਹੈਗੀ ਇੱਥੇ ਲੋਹੜੀ ਤੇ ਮਾਗੀ ਤੇ ਜਿਹੜਾ ਹੈਗਾ ਬੜਾ ਵੱਡਾ ਮੇਲਾ ਲੱਗਦਾ ਔਰ ਭਗਤ ਨਾਮ ਜੀ ਦਾ ਜੋਤੀ ਜੋਤ ਸਮਾਨ ਦੀਵਸ ਵੀ ਹੁੰਦਾ ਹੈਗਾ ਸੋ ਸਮੂਹ ਨਗਰ ਕੁਮਾਨ ਦੀਆਂ ਔਰ ਆਲੇ ਦੁਆਲੇ ਦੀਆਂ ਸੰਗਤਾਂ ਜੜੀਆਂ ਨੇ ਉਹ ਨਗਰ ਕੀਰਤਨ ਕੱਢਦੀਆਂ ਨੇ ਨਸਮਤ ਨਮਸਤਕ ਹੁੰਦੀਆਂ ਨੇ ਬ੍ਰਹਮ ਗਿਆਨੀ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 671ਵਾਂ ਜੋਤੀ ਜੋਤਪੁਰ ਜੋ ਨਾਮਦੇਵ ਨਗਰ ਭਮਾਨ ਵਿੱਚ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ